ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਆ ਜੀ ਦੋਸਤੋ ਅੱਜ ਤੁਹਾਡੇ ਨਾਲ ਨਾ ਇੱਕ ਸਕਰੀਨਸ਼ਾਟ ਸ਼ੇਅਰ ਕਰਨਾ ਈਮੇਲ ਦਾ ਜਿਹੜਾ ਕਿ ਦਿੱਲੀ ਹਾਈ ਕਮਿਸ਼ਨ ਆ ਕੈਨੇਡਾ ਦਾ ਉਹਨੇ ਭੇਜਿਆ ਸੀਗਾ ਇੱਧਰ ਆਈਆਰਸੀਸੀ ਨੂੰ ਕੈਨੇਡਾ ਦੇ ਵਿੱਚ ਈਮੇਲ ਕੀਤੀ ਆ ਵੀ ਉਹਨਾਂ ਨੇ ਇੱਕ ਡਾਟਾ ਕੱਢਿਆ ਵੀ ਬਹੁਤ ਸਾਰੇ ਇਦਾਂ ਦੇ ਬੱਚੇ ਇੰਡੀਆ ਦੇ ਵਿੱਚ ਹੈਗੇ ਨੇ ਜਿਨ੍ਹਾਂ ਨੇ ਕੈਨੇਡਾ ਦਾ ਸਟੱਡੀ ਵੀਜ਼ਾ ਪਹਿਲਾਂ ਆਇਲਸ ਨਾਲ ਕੀਤਾ ਸੀ 5.5 ਨਾਲ ਅਪਲਾਈ ਕੀਤਾ ਸੀਗਾ ਆਇਲਸ ਕੀਤੀ ਹੋਈ ਸੀ ਤੇ ਮੁੜ ਕੇ ਹੁਣ ਦੁਬਾਰੇ ਉਹਨਾਂ ਨੇ ਬੈਂਡ ਸਕੋਰ ਪੀਟੀਈ ਕਰਕੇ ਬੈਂਡ ਸਕੋਰ ਉਹਨਾਂ ਦੇ ਹੋਰ ਵਧ ਗਏ ਨੇ ਪੀਟੀਈ ਕਰਕੇ ਉਹ ਫਾਈਨਲ ਆ ਰਹੇ ਨੇ ਤੇ ਇਹਦਾ ਮਤਲਬ ਇਹ ਹੋ ਸਕਦਾ ਵੀ ਜਿਹੜੀ ਪੀਟੀ ਆ ਵੀ ਉਹਦੇ ਵਿੱਚ ਕੋਈ ਇਦਾਂ ਦੀ ਗੜਬੜ ਹੋਵੇ ਕਿ ਉਹਦੇ ਵਿੱਚ ਕਿਸੇ ਤਰੀਕੇ ਨਾਲ ਵੱਧ ਸਕੋਰ ਲੈ ਜਾ ਰਹੇ ਨੇ ਸੋ ਰეკੋਮੈਂਡੇਸ਼ਨ ਦਿੱਤੀ ਆ ਦਿੱਲੀ ਐਮਬੈਸੀ ਨੇ ਕੈਨੇਡਾ ਆਈਆਰਸੀਸੀ ਇਮੀਗ੍ਰੇਸ਼ਨ ਡਿਪਾਰਟਮੈਂਟ ਨੂੰ ਰეკਮੈਂਡੇਸ਼ਨ ਦਿੱਤੀ ਆ ਕਿ ਪੀਟੀਈ ਨੂੰ ਬੰਦ ਕਰ ਦਿੱਤਾ ਜਾਵੇ ਸਟੱਡੀ ਵੀਜ਼ਾ ਵਾਸਤੇ ਕੈਨੇਡਾ ਦੇ ਲਈ ਹੁਣ ਇਹੇ ਰეკਮੈਂਡੇਸ਼ਨ ਆ ਜ਼ਰੂਰੀ ਨਹੀਂ ਹੈਗਾ ਵੀ ਇਹ ਆਈਆਰਸੀਸੀ ਮੰਨੇ ਹੋ ਸਕਦਾ ਮੰਨ ਲਵੇ ਪਰ ਮੰਨੇ ਕਦੋਂ ਜਾਹੇ ਆ ਸਾਲ ਚਾਹੇ ਨੈਕਸਟ ਈਅਰ ਇਹ ਆਪਾਂ ਕੁਝ ਕਹਿ ਨਹੀਂ ਸਕਦੇ ਸਕਰੀਨਸ਼ਾਟ ਵੀਡੀਓ ਦੇ ਐਂਡ 'ਚ ਤੁਹਾਡੇ ਨਾਲ ਸ਼ੇਅਰ ਕੀਤਾ ਗਿਆ